ਹਾਂਜੀ ਸਾਹਿਬ ਉਹਨਾਂ ਦੀ ਫਰਮਾਇਸ਼ ਮੁਸਾਫਿਰ ਹਾਂ ਤੁਹਾਡੀਆਂ ਬੱਸ ਸਟੈਂਡ ਤੇ ਆ ਗਈਆਂ ਆ ਜਾਓ ਮੈਂ ਪੁਰਾਣਾ ਟਰਾਂਸਪੋਰਟਰ ਹਾਂ ਅੱਡੇ ਤੇ ਆ ਜਾਓ ਆ ਗਈਆਂ ਮੈਨੂੰ ਟਾਈਮ ਦੱਸੋ ਤੁਹਾਡੀ ਪਹਿਲੀ ਕਿੰਨੇ ਵਜੇ ਨਿਕਲਦੀ ਹੈ ਤੇ ਦੂਜੀ ਕਿੰਨੇ ਵਜੇ ਨਿਕਲਦੀ ਹੈ ਜਿਹੜੇ ਪਿਛਲੀ ਵਾਰ ਪਿਛਲੀ ਰਾਤੀ ਕੁੱਤੇ ਭੌਂਕਣ ਵਾਲੇ ਮੈਂ ਕੱਢੀ ਵੰਦੋ ਨਾ ਮੋੜ ਤਾਂ ਬਾਲ ਸਹੀ ਯਾਦ ਦੇ ਹੋਏ ਵੀ ਕੁੱਤੇ ਭੌਂ ਕੇ ਲੈ ਜੀਵਨ ਖਾਂ ਦੀ ਨਿਕਲਦੀ ਹੈ ਜੀ ਉਹ ਪਿਛਲੀ ਰਾਤ ਆਉਂਦੀ ਹੈ ਨਾ ਜੀ 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 ਆ ਜਾਓ ਚੜੋ ਆ ਗਏ ਹਾਲਾਂਕਿ ਵਹਿੰਦੀਆਂ ਤਾਂ ਨਿਊ ਖਾਂ ਨਾਲ ਆਉਂਦੇ ਪਈ ਹਨ ਤੁਹਾਡਾ ਇਖਲਾਕ ਚੈੱਕ ਆਉਂਦਾ ਹੈ ਵੀ ਕਿਤੇ ਮੁਸਾਫਿਰ ਹੋਵੇ ਪਹਿਲੇ ਉਹਦੇ ਸਮਾਨ ਚ ਹੱਥ ਆ ਕੇ ਦਿੰਦੇ ਨੇ ਮੈਨੂੰ ਪਤਾ ਲੱਗ ਵੈਂਦਾ ਜਿਹੜਾ ਇਤਨੇ ਬੰਦਿਆਂ ਚ ਗੱਡ ਦਿੰਦਾ ਪਈ ਅੱਗੇ ਪਿੱਛੇ ਨਹੀਂ ਵੈਂਦਾ ਤੇ ਬੰਦੇ ਦਾ ਫਾਲ ਬਣੇ ਜਿਵੇਂ ਇੱਥੋਂ ਲੈਂਦਾ ਪਈ ਅਗਲੇ ਅੱਡੇ ਤੇ ਗੱਡ ਦੇਵਣੀ ਹੈ ਮੈਂ ਚੰਗਾ ਨਾ ਮੈਂ ਤਾਂ ਤੁਹਾਡੀ ਗਾਡੀ ਨਹੀਂ ਛੋੜੀ ਸੀ ਗੱਲੋਂ ਇਹ ਰੋਜ਼ੀ ਦਾ ਲਾਲਚ ਹੈ ਨਾ ਹਾਜੀ ਸਾਹਿਬ ਨਾ ਤਾਂ ਬੱਗੀ ਦਾੜੀ ਨਾਲੇ ਦਾ ਪਿਓ ਵੱਡੇ ਚ ਕੀ ਆਖਣਾ ਸਾਡੀ ਤੇ ਚੜੋ ਸਾਡੀ ਤੇ ਚੜੋ ਉਹ ਸ਼ੋਦਾ ਤਾਂ ਤਾਂ ਖਪਲਾ ਖਲਾ ਬਈ ਸੀਟ ਤੇ ਬਹੁ ਜੇ ਸੀਟਾਂ ਮਲੀ ਗਈਆਂ ਤਾਂ ਮੁਲਤਾਨ ਤਾਂ ਡੰਡਾ ਫੱਦੀ ਬਈ ਸੋ ਨਾ ਇਹ ਜਿਹੜੀਆਂ ਮੂੰਹਥੀਆਂ ਹੋਈਆਂ ਪਈਆਂ ਮਹਾਜਰਾ ਬੋ ਕੀਤੀਆਂ ਹੋਈਆਂ ਇਹ ਜਿਹੜੇ ਬੋਕਰ ਮੂਦੀ ਕਰਨੀ ਪੈਂਦੀ ਹੈ ਤੂੰ ਪਹਿਲੂ ਕਾਸ਼ਾ ਦੇਵੇਂ ਆ ਤਾਂ ਤੇਰੀ ਮੈਂ ਮੂਦੀ ਕਰ ਰੱਖਾਂ ਬਾਬਾ ਮੈਂ ਤੋੜਦੀ ਸਵਾਰੀਆਂ ਭਾਵੇਂ ਕਹਿ ਬਾਲ ਤੂੰ ਵੇਲੀ ਕਰਾ ਦੇ ਮੈਨੂੰ ਦੇ ਆ ਤੇਰੀ ਸਾਹਮਣੇ ਸੀਟ ਪਈ ਹੈ ਬਹਿ ਜਾ ਉਹ ਚੜ੍ਹਨ ਤੋਂ ਪਹਿਲੇ ਤਾਂ ਦਾਵੇਂ ਤੈਨੂੰ ਫਰੰਟ ਦੇ ਸੌਣ ਸੱਤਾਂ ਲਈ ਵੀ ਕਹਿਣਾ ਫਰੰਟ ਹੋਰ ਤਾਂ ਕਾਏ ਨਹੀਂ ਜੀ ਅੰਜਣ ਦੇ ਟਾਪੇ ਤੇ ਬਾਨਾ ਤਾਂ ਬਾਹਰ ਦਾ ਟਾਪੇ ਤੇ ਜਿਹੜੇ ਹੇਠੋਂ ਅੱਗੇ ਗਰਮ ਹੋਈ ਖੜੀ ਮੈਨੂੰ ਵਾਤ ਵੈਂਦਾ ਪਿਓ ਤਾਂ ਜਿਹਾ ਗਰਮ ਹੋਈ ਕਲੋਤੀ ਹੈ ਨਾਲੇ ਹਾਜੀ ਸਾਹਿਬ ਹੀ ਨਾ ਦਾ ਕੈਲੰਡਰ ਚ ਬਲੇ ਥੋੜਾ ਜਿਹਾ ਮੁਸਾਫਿਰ ਦਾ ਸਿਰ ਅੰਦਰ ਹੋਵੇ ਤਾਂ ਤੇ ਜਾਵਣ ਦੇ ਉਹ ਕਾਰੀਗਰ ਉਹਨੂੰ ਪਤਾ ਬੋਇ ਤੂੰ ਲੱਤਾਂ ਪਟੀ ਗਈ ਸੂ ਅੱਗਾ ਮੈਂ ਟਪਾ ਲਈ ਸਾਂ ਜੀ ਵਾਹ ਬਾਈ ਵਾਹ ਜੀ ਚੜੋ ਚੜੋ ਚੜਦੇ ਪਏ ਵੇਖ ਲੈ ਸਭ ਝੋਕਾ ਟਾਈਮ ਰਹਿੰਦਾ ਹੀ ਨਹੀਂ ਬਸ 2 ਮਿੰਟ ਤੋਂ ਬਾਅਦ ਵਿਖਿਆ ਤੁਹਾਨੂੰ ਕਿੱਕਰ ਬੰਦੇ ਨਜ਼ਰ ਹਮ ਸੇ ਉਹ ਤਾਂ ਮੈਂ ਨਹੀਂ ਪਾਕ ਲੱਗ ਗਈ ਆ ਮੈਂ ਕਿਹਾ ਜਿਹੜੀ ਅੱਡੇ ਸਿਰ ਖੜੀ ਮਰੇਂਦੀ ਹੈ ਨਿਕਲੂਈ ਹੈ ਤੈਨੂੰ ਕੀ ਆ ਪਤਾ ਇਹ ਜੋ ਅੰਜਣ ਹੋਇਆ ਗਰਮ ਹੀ ਜਾਬ ਹੁੰਦਾ ਠੱਡਾ ਹੀ ਜਾਬ ਹੁੰਦਾ ਹੈ ਉਹ ਜਲੇ ਅੰਜਣ ਗਰਮ ਕਰਨ ਦਾ ਪਿਆ ਜਾਂਦੇ ਤੇ 70-80 ਚੜਿਆ ਹੇਠੂ ਗਰਮ ਹੀ ਨਾ ਹੋਵੇ ਅੱਜ ਦਾ ਸਿਰੇ ਮਸਲਾ ਮਾਰਿਆ ਅੱਲਾ ਜਾਣੇ ਮੈਂ ਗੇੜ ਲਾਇਆ ਤਾਂ ਇਹ ਟਬੁਰ ਮੇਰੇ ਨਾਲ ਕੀ ਕਰੇ ਸੀ ਸਲਾਮ ਮਾਰਿਆ ਨਾਲੇ ਮੇਰੇ ਕੋਲ ਸਮਾਨ ਏਡੇ ਸਾਰਾ ਅੱਛਾ ਮੇਰੇ ਨਾਲ ਕਿਰਾਇਆ ਮੁਕਾ ਸਮਾਨ ਉੱਤੇ ਰੱਖਣ ਤੇ ਕਹਿ ਲੈ ਸੋ ਜੇ ਵਿੱਚ ਰੱਖਣ ਤੇ ਕਹਿ ਲੈ ਸੋ ਤੇ ਤੂੰ ਹੁਕਮ ਮਾਰ ਮੈਂ ਤਾਂ ਨਾ ਤੂੰ ਕਿਰਾਇਆ ਬਾਹਰ ਹੀ ਨਹੀਂ ਮੁਲਤਾਨ ਦਾ ਹੀ ਹੱਥ 'ਚ ਬੱਦੀ ਵਾ ਤੂੰ ਸਾ ਡਰਾਈਵਰ ਹੁੰਦੇ ਹੋ ਬੇਈਮਾਨ ਜੋਲੀ ਤੂੰ ਚਾਰ ਅੰਗਲ ਹੀ ਵੱਧਾ ਪਿਆ ਹੋਵੇ ਤੂੰ ਸਾ ਕਿਰਾਇਆ ਮੰਗ ਲੈਂਦੇ ਹੋ ਉਹ ਤਾਂ ਤੈਨੂੰ ਪਹਿਲੂ ਮੈਂ ਆਖਿਆ ਤੇਰਾ ਕਿਰਾਇਆ ਹੈ ਜੋਲੀ ਵਾਲੀ ਦਾ ਕਿਰਾਇਆ ਕੋਈ ਨਹੀਂ ਮਿਹਰਬਾਨੀ ਜਨਾਬ ਸ਼ੁਕਰੀਆ ਇਹ ਪਹਿਲਾ ਡਰਾਈਵਰ ਹੈ ਜਿਹੜਾ ਜੋੜੀ ਵਾਲ ਜੋਲੀ ਵਾਲੀ ਮੈਨੂੰ ਮਾਫ ਕੀਤੀ ਜਾਂਦਾ ਹੈ ਹੋਰ ਕੋ ਹਾਰਨ ਸ਼ਾਰਨ ਹੀ ਲਵਾ ਲਵਾ ਇਹ ਤਾਕੜੀ ਚ ਲੋ ਲਾਹੌਰ ਤੋੜੀ ਪਿਓ ਪੁੱਤਰ ਭੌਕਦੇ ਜਾਸੋ ਤਰਾਏ ਹਾਰਨ ਦੋ ਬਾਰ ਸੁਣੀਂਦੇ ਨੇ ਇੱਕ ਦਾ ਆਵਾਜ਼ ਅੰਦਰ ਸੁਣੀਂਦਾ ਤੁਸੀਂ ਗੌਰ ਨਹੀਂ ਕੀਤੀ ਜੇ ਆ ਇਸ ਹਫਤੇ ਚ ਨਾ ਹਾਰਨ ਲਵਾਇਆ ਨਾ ਤਾਂ ਪਿਛਲੇ ਸਾਲ ਹੀ ਨਾ ਦੀ ਤਾਂ ਬੁੱਬਾ ਘੁੱਟਣਾ ਪਾਉਂਦਾ ਤਾਦਾ ਮੈਂ ਤੇ ਰਮਦੇ ਨਾ ਅੰਜੂ ਭਾਈ ਇਹ ਬੁੱਬੇ ਘੁੱਟੇਂਦਾ ਓਏ ਉਹ ਪੁਰਾਣਾ ਸਟਾਈਲ ਹੈ ਜਾ ਜਾ ਪੁਰਾਣਾ ਸਟਾਈਲ ਹੈ ਇਹੋ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਆਪਣਾ ਪੱਗੋਰ ਪੂਜਾ ਮੇਰੇ ਗੱਲ ਪਾ ਕੇ ਜਣੇ ਸਾੜੀਆਂ ਤੂੰ ਸਲਾਮ ਕਰੇਂ ਦਮ ਨਾ ਮੈਨੂੰ ਪਤਾ ਕਿ ਅਲੱਗ ਹੈ ਮੈਂ ਆਖ ਕੋ ਐਸਾ ਬੰਦਾ ਝੜਾ ਜਿਹੜਾ ਇਸ ਟਬਰ ਨੂੰ ਸਰਕਾਰ ਮੱਚ ਗਈ ਹੈ ਸਰਕਾਰ ਬੜਾ ਸਾਡਾ ਰੋਜ਼ਾਨਾ ਦਾ ਕੰਮ ਹੈ ਨਾ ਤੇਰਾ ਤਾਂ ਅੱਗਾ ਮੂੰਹ ਹੋਇਆ ਤੈਨੂੰ ਕੀ ਪਤਾ ਕਿਹੜਾ ਬੰਦਾ ਝੜ ਕੇ ਲੈ ਗਈ ਹੈ ਮੈਨੂੰ ਜੂ ਪਤਾ ਜਿਤਨੇ ਆਵਣ ਹਿੱਕੇ ਫੇਰੇ ਨਾਲ ਮੈਂ ਲਈ ਨਹੀਂ ਜਾਵਣੇ ਜੀ ਹਾਂ ਬੜਿਆ ਇਤਨੀ ਖੱਟੀ ਨੇ ਥੋੜਾ ਜਿਹਾ ਦਰਵਾਜ਼ਾ ਤਾਂ ਮੋਕਲਾ ਕਰਾਇਓ ਜਾ ਕਿਵੇਂ ਮੈਂ ਟੱਪ ਗਿਆ ਟੱਚ ਗਿਆ ਦੋਹੇ ਬੈਰ ਲਟਕੇ ਆਂਦੇ ਨੇ ਤੇ ਤੈਨੂੰ ਮੈਂ ਆਖੇ ਪਹਿਲੂ ਉਹ ਕਾਟੂ ਨਾ ਲੜਕਣਾ ਤਾਂ ਜਿਨਾਂ ਨੂੰ ਤੂੰ ਪਿੱਛੂ ਲਾਈ ਅਮਨਾ ਹਾਂ ਸ਼ਾਬਾਸ਼ ਸ਼ਾਬਾਸ਼ ਜਾਨੇ ਕਟੇ ਕਰਨ ਵਾਲਾ ਇਮਾਨ ਨਾਲ ਦੱਸ ਕਿ ਜਰਨ ਦੀ ਲਈ ਨੇ ਕਾਈ ਰਾਤ ਘਰ ਹੀ ਰਹੀ ਨੇ ਗਾਲ ਤਾਂ ਮੈਂ ਇੱਥੇ ਹੀ ਕਦੀ ਨਹੀਂ ਗਿਆ ਉਹ ਤਾਂ ਮੈਨੂੰ ਪਤਾ ਮੀਆਂ ਵਾਲੇ ਵਾਲੇ ਟਰੱਕ ਵਾਲੇ ਨੂੰ ਆ ਕੇ ਹਟ ਵਾਂ ਤੇਰਾ ਪਿੱਛਾ ਚੋਰ ਜੰਮਾ ਪਿਆ ਮੈਂ ਮੋੜਾ ਆਖਿਆ ਨਹੀਂ ਜਿਹੜਾ ਮੈਂ ਇਧਰੋਂ ਪਿੱਛੂ ਜੰਮਿਆ ਉਹਦੇ ਨਾਂ ਕਮਰ ਰੱਖੋ ਚਾ
ਹਾਂਜੀ ਸਾਹਿਬ ਇਹਦੇ ਕੋਈ ਸ਼ੱਕ ਕੋਈ ਨਹੀਂ, ਜਿਹੜਾ ਪਿੱਛੂ ਬਾਲ ਜੰਮੇ ਉਹਦੇ ਨਾਂ ਕਮਰ ਹੁੰਦੇ, ਲਾਹਨਾ ਤੇ ਉਸ ਜੀਵਨ ਤੇ ਲਾਹਨਾ ਤੇ ਉਸ ਜੀਵਨ ਤੇ। ਲੈ ਜੀ ਕਮਜ਼ੋਰੀ ਤੁਹਾਡੀ ਆਪ ਤੇ ਲਾਹਨਾ ਤੇ ਜੀਵਨ ਨੂੰ ਕਰੋ। ਮਿਹਰਬਾਨੀ ਜਨਾਬ, ਸ਼ੁਕਰੀਆ, ਮਿਹਰਬਾਨੀ।